ਕਿ ਸਿੰਘਾਂ ਨੇ ਇੱਥੇ ਆ ਕੇ ਬੁੱਤ ਤੋੜੇ ਸੀ, ਕਿ ਸਾਡੇ ਜੋ ਧਾਰਮਿਕ ਰਸਤਾ ਆ, ਇੱਥੇ ਸਾਡੀ ਆਸਥਾ ਆ ਧਰਮ ਦੀ, ਜਿਹੜੀ ਕਿ ਲੋਕਾਂ ਦਾ ਮਨ ਬਦਲ ਜਾਂਦਾ ਹੈ ਔਰ ਅੰਦਰ ਜਾ ਕੇ ਵੀ ਉਹ ਡਾਂਸ ਕਰਦੇ ਆ। ਤੁਸੀਂ ਇਸ ਗੱਲ ਨਾਲ ਕਿਸੇ ਤੱਕ ਸਹਿਮਤ ਜੇ ਕਿ ਤੋੜਨੇ ਚਾਹੀਦੇ ਜਾਂ ਇੱਥੇ ਰਹਿਣੇ ਚਾਹੀਦੇ ਕਿ ਨਹੀਂ? ਨਹੀਂ, ਕਹਿੰਦੇ ਆ ਕਿ ਜਿਵੇਂ ਜੋ ਸਿੰਘਾਂ ਨੇ ਕੀਤਾ ਹੈ ਬਹੁਤ ਵਧੀਆ ਕੀਤਾ ਹੈ, ਉਹਨਾਂ ਨੇ ਕਰਨਾ ਚਾਹੀਦਾ ਹੈ ਉਹਨਾਂ ਨੂੰ ਇਸ ਤਰ੍ਹਾਂ, ਕਿਉਂਕਿ ਇੱਥੇ ਇਹ ਚੀਜ਼ ਨਹੀਂ ਹੋਣੀ ਚਾਹੀਦੀ। ਸਾਨੂੰ ਮਾਈ ਭਾਗੋ ਜਿਹੜੀ ਸਿੱਖਿਆ ਹੋਇਆ ਉਹਨਾਂ ਨੇ, ਬੱਚਿਆਂ ਨੇ ਸਿੱਖਿਆ, ਉਹਨਾਂ ਨੂੰ ਸਿੱਖੀ ਪ੍ਰਚਾਰ ਕਰਨਾ ਚਾਹੀਦਾ ਹੈ ਤਾਂ ਜੋ ਸਿੱਖੀ ਪ੍ਰਚਾਰ ਅੱਗੇ ਚੱਲੇ। ਗਤਕਾ ਹੋਣਾ ਚਾਹੀਦਾ ਹੈ ਜਾਂ ਕੁਛ ਹੋਰ ਐਸਾ ਧਾਰਮਿਕ, ਜੋ ਸ਼ਹੀਦ ਸਿੰਘ ਸ਼ਹੀਦ ਹੋਏ ਨੇ ਧਾਰਮਿਕ ਕੋਈ ਹੋਣੀ ਚਾਹੀਦੀ ਹੈ ਮੂਰਤੀ, ਪਰ ਇਹ ਭੰਗੜਾ ਵਗੈਰਾ ਕੁਛ ਇਹ ਨਹੀਂ ਹੋਣਾ ਚਾਹੀਦਾ। ਉਹਨਾਂ ਨੇ ਜੋ ਵੀ ਕੀਤਾ ਹੈ ਵਧੀਆ ਕੀਤਾ ਹੈ, ਪਰ ਉਹਨਾਂ ਦੀ ਰਿਹਾਈ ਹੋਣੀ ਬਹੁਤ ਜ਼ਰੂਰੀ ਹੈ, ਰਿਹਾਈ ਹੋਣੀ ਚਾਹੀਦੀ ਹੈ। ਅਤੇ ਕੋਈ ਇੰਨਾ ਜ਼ਿਆਦਾ ਉਹਨਾਂ ਨੇ ਗਲਤ ਨਹੀਂ ਕੀਤਾ ਜੋ ਉਹਨਾਂ ਨੂੰ ਸੱਤ ਕੀਤੇ ਹੋਏ, 307 ਲੱਗੀ ਹੋਈ ਹੈ। ਇਹ ਬਹੁਤ ਸਾਡਾ ਸੱਭਿਆਚਾਰ ਨੇ। ਹਾਂਜੀ ਹਾਂਜੀ, ਨਹੀਂ ਇਹ ਸਾਡਾ ਮਤਲਬ ਕਿ ਪੰਜਾਬੀ ਸੱਭਿਆਚਾਰ ਹੈਗਾ ਹੈ, ਪਰ ਧਾਰਮਿਕ ਵਿੱਚ ਨਹੀਂ ਆਉਂਦਾ। ਇਹ ਧਾਰਮਿਕ ਸੱਭਿਆਚਾਰ ਨਹੀਂ ਹੈਗਾ? ਨਹੀਂ ਨਹੀਂ, ਧਾਰਮਿਕ ਸੱਭਿਆਚਾਰ ਨਹੀਂ ਹੈਗਾ। ਇੱਥੇ ਰਸਤੇ ਦੇ ਬੁੱਤੇ ਲਾਉਣੇ ਚਾਹੀਦੇ ਕਿ ਨਹੀਂ? ਇਹ ਨਹੀਂ 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 ਲਗਵਾਉਣੇ ਚਾਹੀਦੇ। ਇਹ ਨਹੀਂ ਲਾਉਣੇ ਚਾਹੀਦੇ? ਨਹੀਂ ਲਗਵਾਉਣੇ ਚਾਹੀਦੇ। ਤੁਸੀਂ ਕੀ ਸੁਨੇਹਾ ਦਿਓਗੇ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ, ਕੀ ਕਹੋਗੇ? ਸਰਕਾਰ ਨੂੰ ਮੈਂ ਇਹੀ ਕਹਿਣਾ ਚਾਹਾਂਗੀ ਜੋ ਵੀ ਇਹ ਕੁਛ ਹੋਇਆ ਹੈ, ਇਹ ਮਤਲਬ ਕਿ ਜੋ ਹੋਣਾ ਚਾਹੀਦਾ ਸੀ ਉਹਨਾਂ ਨੇ ਜੋ ਕੀਤਾ ਹੈ ਠੀਕ ਕੀਤਾ ਹੈ, ਪਰ ਇਹ ਚੀਜ਼ ਨਹੀਂ ਹੋਣੀ ਚਾਹੀਦੀ ਸੀ ਜੋ ਇਹ ਲੱਗੇ ਹੋਏ ਨੇ। ਇਹ ਸਾਨੂੰ ਸਹੀ ਸ਼ਿਕਸ਼ਾ ਨਹੀਂ ਦਿੰਦੇ ਬੱਚਿਆਂ ਨੂੰ। ਬੱਚਿਆਂ ਨੂੰ ਧਾਰਮਿਕ ਸਿੰਘ ਸੱਜਣਾ ਚਾਹੀਦਾ, ਅਮਰ ਛੱਕ ਕੇ ਸਿੰਘ ਸੱਜ ਕੇ ਮਤਲਬ ਕਿ ਗਤਕਾ ਸਿਖਾਉਣਾ ਚਾਹੀਦਾ, ਮਾਈ ਭਾਗੋ ਅਖਾੜਾ ਅੱਗੇ ਜਾਣਾ ਚਾਹੀਦਾ ਹੈ। ਪਰ ਇਹ ਪ੍ਰਚਾਰ ਸਾਨੂੰ ਨਾ ਗਲਤ ਸ਼ਿਕਸ਼ਾ ਦਿੰਦੇ ਨੇ, ਡਾਂਸ ਵਗੈਰਾ ਸਾਡੇ ਧਾਰਮਿਕ ਪ੍ਰਚਾਰ 'ਚ ਨਹੀਂ ਆਉਂਦਾ। ਤੁਸੀਂ ਵੀ ਔਰਤਾਂ ਦੇ ਨਾਤੇ ਸਿੰਘ ਸੱਜੇ ਜੇ, ਸ਼ਸਤਰਧਾਰੀ ਜੇ, ਭਾਰਤ ਦੇਸ਼ ਦੇ ਵਿੱਚ ਤੁਸੀਂ ਵੇਖ ਰਹੇ ਦਿਨ ਬ ਦਿਨ ਬਲਾਤਕਾਰ ਵੱਧ ਰਹੇ ਆ, ਧੀਆਂ ਭੈਣਾਂ ਛੋਟੀਆਂ ਨਾਲ ਬਲਾਤਕਾਰ ਹੋ ਰਹੇ ਆ, ਅਗਰ ਤੁਸੀਂ ਉਹਨਾਂ ਧੀਆਂ ਭੈਣਾਂ ਨੂੰ ਜਾਂ ਪੰਜਾਬ ਦੀ ਭਾਰਤ ਦੀ ਨਾਰੀ ਨੂੰ ਕੀ ਸੁਣਾ ਦਿਓਗੇ? ਭਾਰਤ ਦੀ ਨਾਰੀ ਨੇ ਮੈਂ ਇਹੀ ਸੁਣਾ ਦੇਵਾਂਗੀ ਕਿ ਸਾਨੂੰ ਆਪਣਾ ਅੰਮ੍ਰਿਤ ਛੱਕ ਕੇ ਸਿੰਘ ਸੱਜਣਾ ਚਾਹੀਦਾ ਹੈ, ਅਤੇ ਉਹ ਸ਼ਸਤਰ ਵਿੱਦਿਆ ਧਾਰਨ ਕਰਨੀ ਚਾਹੀਦੀ ਹੈ। ਸ਼ਸਤਰ ਵਿੱਦਿਆ ਧਾਰਨ ਕਰਨ ਦੇ ਨਾਲ ਸ਼ਸਤਰ ਵਿੱਦਿਆ ਸਿੱਖਣੀ ਵੀ ਚਾਹੀਦੀ ਹੈ, ਜਿਵੇਂ ਮਾਈ ਭਾਗੋ ਅੱਗੇ ਵੱਧ ਕੇ ਆਪਣੇ ਧਾਰਮਿਕ ਲਈ ਆਪਣੇ ਬੱਚਿਆਂ ਨੂੰ ਸਿਖਾਇਆ ਸੀ, ਆਪਾਂ ਅੱਗੇ ਵਧਣਾ ਚਾਹੀਦਾ ਹੈ, ਅੱਗੇ ਵਧਣਾ ਚਾਹੀਦਾ ਹੈ, ਸਿੱਖੀ ਪ੍ਰਚਾਰ ਲਈ ਅੱਗੇ ਵਧਣਾ ਚਾਹੀਦਾ ਹੈ। ਪਰ ਇਹ ਜੋ ਮੂਰਤੀਆਂ ਹੈਗੀਆਂ ਨਹੀਂ ਹੋਣੀਆਂ ਚਾਹੀਦੀਆਂ, ਇਹ ਗਲਤ ਆ, ਇਹ ਨਹੀਂ ਹੋਣੀਆਂ ਚਾਹੀਦੀਆਂ। ਧੰਨਵਾਦ ਜੀ।